ਸ਼ਬਕ ਯੂਨੀਅਨ ਜ਼ੋਨ ਗੁਰਦਾਸਪੁਰ ਪਠਾਨਕੋਟ ਦੀ ਮੀਟਿੰਗ ਹੋਈ ਜਿਹਦੇ ਵਿੱਚ ਫੈਸਲੇ ਕੀਤੇ ਹੋਏ ਪਿਛਲੇ ਸਮੇਂ ਦੇ ਵੀ ਕ੍ਰਿਸ਼ਨ ਕੁਮਾਰ ਜੀ ਵੱਲੋਂ ਜਿਹੜੇ ਮੁਲਾਜ਼ਮ ਆਗੂ ਗਏ ਨੇ ਪਿਛਲੇ ਸਮੇਂ ਦੇ ਵਿੱਚ ਉਹਨਾਂ ਦੇ ਦਫ਼ਤਰ ਵਿੱਚ ਉਹਨਾਂ ਦੇ ਨਾਲ ਵੱਧ ਸਲੂਕੀ ਕੀਤੀ ਗਈ ਹੈ ਉਹ ਵੱਧ ਸਲੂਕੀ ਦਾ ਫੈਸਲਾ ਕੀਤਾ ਵੀ ਸਮੁੱਚੇ ਪੰਜਾਬ ਦੇ ਅੰਦਰ ਜਿੰਨੀਆਂ ਵੀ ਇਰੀਗੇਸ਼ਨ ਦੀਆਂ ਸਾਡੀਆਂ ਬਰਾਂਚਾਂ ਨੇ ਸਾਰੀਆਂ ਦੇ ਅੱਗੇ ਜਿਹੜੀਆਂ ਰੈਲੀਆਂ ਕਰਕੇ ਉਹ ਪੰਜਾਬ ਸਰਕਾਰ ਨੂੰ ਜਿਹੜੇ ਆ ਉਹ ਰੋਸ ਪੱਤਰ ਜਿਹੜੇ ਆ ਉਹ ਭੇਜੇ ਜਾਣਗੇ ਸੋ ਅੱਜ ਇੱਥੇ ਵੀ ਜਿਹੜੀ ਹੈ ਗੁਰਦਾਸਪੁਰ ਦੇ ਵਿੱਚ ਵੀ ਰੈਲੀ ਕੀਤੀ ਗਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਚਾਹੁੰਦੇ ਹਾਂ ਕਿਉਂਕਿ ਪਬਲਿਕ ਹੈਲਥ ਦੀ ਬਹੁਤ ਵੱਡੇ ਮਿੱਤਰ ਕਵਾਰਸ ਹੈ 80 ਦੇ ਕਰੀਬ ਜਿਹੜੀ ਡੈਥ ਹੋ ਚੁੱਕੀ ਹੈ ਉਹਨਾਂ ਨੂੰ ਨੌਕਰੀ ਨਹੀਂ ਦਿੱਤੀ ਜਾ ਰਹੀ ਉਹਦੇ ਲਈ ਵੀ ਸਾਨੂੰ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਸਰਕਾਰ ਤੋਂ ਵੀ ਫੌਰੀ ਤੌਰ 'ਤੇ ਨੌਕਰੀਆਂ ਦਿੱਤੀਆਂ ਜਾਣ ਭਰਤੀ ਕੋਈ ਕੀਤੀ ਜਾ ਰਹੀ ਪਬਲਿਕ ਹੈਲਥ ਦੇ ਵਿੱਚ ਕਿਉਂਕਿ ਹਜ਼ਾਰਾਂ ਵੈਕੈਂਸੀਆਂ ਖਾਲੀ ਪਈਆਂ ਔਰ ਟਿਊਬਲਾਂ ਦੇ ਉੱਤੇ ਜਿਹੜਾ ਇੱਕ ਬੰਦੇ ਨੂੰ ਤਿੰਨ ਤਿੰਨ ਟਿਊਬਲਾਂ ਦੇ ਉੱਤੇ ਕੰਮ ਕਰਨਾ ਇਸ ਵੇਲੇ ਪੈ ਰਿਹਾ ਬੜੀ ਹਾਲਾਤ ਮਾੜੀ ਹੈ ਸੋ ਭਰਤੀ ਦੀ ਵੀ ਲਗਾਤਾਰ ਅਸੀਂ ਮੰਗ ਕਰਨੀ ਚਾਹੁੰਦੇ ਵੀ ਭਰਤੀ ਜਿਹੜੀ ਹੈ ਡਿਪਾਰਟਮੈਂਟ ਦੇ ਅੰਦਰ ਜਲ ਸਪਲਾਈ ਐਂਡ ਸੈਨੀਟੇਸ਼ਨ ਦੇ ਵਿੱਚ ਜਿਹੜੀ ਉਹ ਭਰਤੀ ਕੀਤੀ ਜਾਵੇ ਹੋਰ ਬਹੁਤ ਸਾਰੀਆਂ ਮੰਗਾਂ ਇਹਨਾਂ ਨੂੰ ਲੈ ਕੇ ਅਸੀਂ ਪੰਜਾਬ ਦੇ ਵਿੱਚ ਜਿਹੜੀ 25 ਤਰੀਕ ਨੂੰ ਮੀਟਿੰਗ ਹੋ ਰਹੀ ਹੈ ਜਿਹਦੇ ਵਿੱਚ ਰੇਟਾਂ ਦਾ ਬਹੁਤ ਰੌਲਾ ਆ ਕਿਉਂਕਿ ਬਹੁਤ ਸਾਰੇ ਜਿਹੜੇ ਕੱਚੇ ਮੁਲਾਜ਼ਮਾਂ ਉਹਨਾਂ ਨੂੰ ਪੰਜਾਬ ਦੇ ਵਿੱਚ ਰੇਟ ਇੱਕ ਨਹੀਂ ਦਿੱਤਾ ਜਾ ਰਿਹਾ ਚੀਫ ਇੰਜੀਨੀਅਰ ਨਾਲ ਮੀਟਿੰਗ ਹੋ ਰਹੀ ਹੈ ਜੇ ਮੀਟਿੰਗ ਦੇ ਕੋਈ ਸਿੱਟੇ ਵਧੀਆ ਨਹੀਂ ਨਿਕਲਦੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹੈ ਉਹ ਲੰਬੀ ਤੇ ਐਜੀਟੇਸ਼ਨ ਜਿਹੜੀ ਆ ਪਟਿਆਲੇ ਦੇ ਵਿੱਚ ਸ਼ੁਰੂ ਕਰ ਦਾਂਗੇ ਧੰਨਵਾਦ ਹਾਂਜੀ ਰਾਣਾ ਸਾਹਿਬ ਜਿਹੜੀ ਪੰਜਾਬ ਸਰਕਾਰ ਨੇ ਜਿਹੜੀ ਪੈਨਸ਼ਨ ਕੀਤੀ ਹੈ ਓ ਪੀ ਐਸ ਲਾਗੂ ਇਹਦੇ 'ਤੇ ਤੁਹਾਡੀ ਕੀ ਪ੍ਰਤੀਕਿਰਿਆ ਦੇਖੋ ਜਿਹੜੀ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਸਰਕਾਰ ਨੇ ਬੜਾ ਪ੍ਰਚਾਰ ਕਰ ਰਹੀ ਹੈ ਕਿਉਂਕਿ ਹਿਮਾਚਲ ਦੀਆਂ ਚੋਣਾਂ ਹੋ ਖੇਡੀਆਂ ਅਤੇ ਉੱਧਰ ਗੁਜਰਾਤ ਦੀਆਂ ਚੋਣਾਂ ਹੋ ਰਹੀਆਂ ਉਹਦੇ ਵਿੱਚ ਤੁਸੀਂ ਹੈਰਾਨ ਹੋਵੋਗੇ ਜਿਹੜਾ ਨੋਟੀਫਿਕੇਸ਼ਨ ਕੀਤਾ ਸਿਰਫ ਇੱਕ ਪੇਜ ਦਾ ਨੋਟੀਫਿਕੇਸ਼ਨ ਆਇਆ ਹੈ ਅਤੇ ਉਹਦੇ ਟਰਮ ਐਂਡ ਕੰਡੀਸ਼ਨ ਕੀ ਹੋਣਗੀਆਂ ਉਹਨਾਂ ਨੇ ਕਿਹਾ ਵੀ ਉਹਦੇ ਲਈ ਆਉਣ ਵਾਲੇ ਸਮੇਂ 'ਚ ਉਹਦਾ ਵਿਸਥਾਰ ਰੂਪ 'ਚ ਆਉਣਾ ਹੈ ਜਦੋਂ ਉਹ ਸਾਰਾ ਵਿਸਥਾਰ 'ਚ ਆਊਗਾ ਤਾਂ ਉਹਦੇ 'ਤੇ ਗੱਲ ਸਾਫ਼ ਹੋਣੀ ਹੈ ਵੀ ਕੀ ਇਹ ਪੁਰਾਣੀ ਪੈਨਸ਼ਨ ਉਹ ਹੈ ਜਿਹੜੀ 1-4 ਤੋਂ ਪਹਿਲਾਂ ਮੁਲਾਜ਼ਮਾਂ ਨੂੰ ਮਿਲਦੀ ਸੀਗੀ ਡੀ ਏ ਉਹਦੇ ਨਾਲ ਲਿੰਕ ਹੈ ਅਤੇ ਜਿਹੜੇ ਬਾਕੀ ਜਿਹੜੇ ਉਹ ਸਾਰੀਆਂ ਸੁਵਿਧਾਵਾਂ 'ਚ ਮਿਲਦੀਆਂ ਉਹ 'ਚ ਹੈ ਜਾਂ ਨਹੀਂ ਹੈ ਜੋ ਬਾਹਰ ਸ਼ੰਕੇ ਜਿਹੜੇ ਨਜ਼ਰ ਆ ਰਹੇ ਹੈ ਉਹ ਇਹ ਆ ਰਹੇ ਹੈ ਵੀ ਜਿਹੜੀ ਉਹਨਾਂ ਦੀ ਕੰਟਰੀਬਿਊਸ਼ਨ ਹੈ ਉਹ ਲਗਾਤਾਰ ਪੈਂਦੀ ਰਹਿਣੀ ਹੈ ਅਤੇ ਉਹਦੇ ਵਿੱਚ ਇਹ ਵੀ ਹੈ ਵੀ ਉਹ ਜਿਹੜਾ ਡੀ ਏ ਲਿੰਕ ਹੈ ਉਹਦੇ 'ਤੇ ਵੀ ਹਜੇ ਚਰਚਾਵਾਂ ਹੋ ਰਹੀਆਂ ਹੈ ਇਸ ਕਰਕੇ ਹਜੇ ਇਹ ਪੈਨਸ਼ਨ ਇੱਕ ਅਸੀਂ ਮੈਂ ਸਮਝਦੇ ਵਨ ਸਟੈਪ ਅਸੀਂ ਫਾਰਵਰਡ ਗਏ ਹਾਂ ਅੱਗੇ ਗਏ ਹਾਂ ਵੀ ਜਿਹੜੀਆਂ ਉਹ 'ਚ ਕਮੀਆਂ ਪੇਸ਼ੀਆਂ ਰਹਿਣਗੀਆਂ ਉਹਦੀਆਂ ਤਰਮੀਮਾਂ ਲਈ ਜਿਹੜੀ ਇਹ ਲੜਾਈ ਜਾਰੀ ਰਹੂੰਗੀ ਜਦੋਂ ਨੋਟੀਫਿਕੇਸ਼ਨ ਆ ਜਾਊਗਾ ਸਾਫ਼ ਫਿਰ ਸਾਫ਼ ਜਿਹੜਾ ਸਾਫ਼ ਹੋਣਾ ਵੀ ਪੈਨਸ਼ਨ ਕਿਸ ਤਰ੍ਹਾਂ ਦੀ ਪੈਨਸ਼ਨ ਦੇ ਰਹੀ ਹੈ